ਬੀਟੀਸੀ ਚੈਨਲ ਤੇ ਹਫਤਾਵਾਰੀ ਪ੍ਰੋਗਰਾਮ ਇਨਫੋਕਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਅਮਰ ਸਿੰਘ ਪੁੱਲਰ ਵੱਲੋਂ ਨਿੱਘਾ ਸਵਾਗਤ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ, ਕੈਨੇਡਾ ਤੇ ਭਾਰਤ ਦੀ ਦੋਸਤੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ। ਇਹਨਾਂ ਤੰਦਾਂ ਨੂੰ ਹੋਰ ਵੀ ਗੂੜੇ ਕਰਨ ਦੇ ਲਈ ਕੈਨੇਡੀਅਨ ਬਾਬਤ, ਜਿਹਦੇ ਵਿੱਚ 165 ਮੈਂਬਰ ਸਨ, ਜਿਨ੍ਹਾਂ ਦੀ ਅਗਵਾਈ ਸਾਡੇ ਕੈਨੇਡਾ ਦੇ ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਸਰਦਾਰ ਨਵਦੀਪ ਸਿੰਘ ਬੈਂਸ ਅਤੇ ਉਹਨਾਂ ਦੇ ਨਾਲ ਟਰਾਂਸਪੋਰਟ ਮੰਤਰੀ ਅਤੇ ਟ੍ਰੇਡ ਮਿਨਿਸਟਰ ਦੇ ਸਮੇਤ 165 ਮੈਂਬਰੀ ਬਾਬਤ ਜਿਹੜਾ ਭਾਰਤ ਗਿਆ ਸੀ, ਉਹ ਉੱਥੋਂ ਵਾਪਸ ਆ ਗਿਆ, ਜਿਹਦੇ ਵਿੱਚ 100 ਕੈਨੇਡੀਅਨ ਕੰਪਨੀਆਂ ਦੇ ਪ੍ਰਤੀਨਿਧ ਸ਼ਾਮਲ ਹੋਏ। ਕਿਹੋ ਜਿਹੀ ਰਹੀ ਇਹ ਮੀਟਿੰਗ, ਇਹਦੇ ਬਾਰੇ 'ਚ ਅਸੀਂ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਸਾਡੇ ਮਹਿਮਾਨ ਨੇ, ਮੈਂ ਸਭ ਤੋਂ ਪਹਿਲਾਂ ਜਾਣ ਪਛਾਣ ਕਰਾਵਾਂਗਾ, ਸਰਦਾਰ ਕੁਲਦੀਪ ਦੀਪਕ ਜੀ, ਜਿਹੜੇ ਕਿ ਲਗਭਗ 3 ਦਹਾਕਿਆਂ ਤੋਂ ਟੋਰਾਂਟੋ ਦੇ ਵਿੱਚ ਪੰਜਾਬ ਦੀ ਗੂੰਜ ਰੇਡੀਓ ਪ੍ਰੋਗਰਾਮ ਚਲਾ ਰਹੇ ਨੇ, ਅਤੇ ਮੈਂ ਸਮਝਦਾ ਕਿ ਕੈਨੇਡਾ ਦੇ ਵਿੱਚ ਇਹ ਸਭ ਤੋਂ ਪਹਿਲੇ ਬ੍ਰੋਡਕਾਸਟਰ ਨੇ ਜਿਨ੍ਹਾਂ ਨੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ। ਦੀਪ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ। ਥੈਂਕ ਯੂ ਜੀ। ਅਤੇ ਮੇਰੇ ਨਾਲ ਨੇ ਉੱਘੇ ਬਿਜ਼ਨਸਮੈਨ, ਆਰਥਿਕ ਮਾਹਰ ਅਤੇ ਦਾਨੀ ਅਤੇ ਨਿਰਮਲ ਢੀਂਸਾ ਜੀ। ਢੀਂਸਾ ਸਾਹਿਬ, ਤੁਹਾਡਾ ਵੀ ਨਿੱਘਾ ਸਵਾਗਤ ਹੈ। ਮੈਂ ਤੁਹਾਡੇ ਸਵਾਲ ਸ਼ੁਰੂ ਕਰਾਂਗਾ ਕਿ ਜਿਹੜਾ ਇੰਨਾ, ਮੈਂ ਸਮਝਦਾ ਕਿ ਕੈਨੇਡਾ ਦੇ ਇਤਿਹਾਸ ਵਿੱਚ ਇੰਨਾ ਵੱਡਾ ਵਫ਼ਦ ਜਿਹੜਾ ਹੈਗਾ, ਇਹ ਪਹਿਲੀ ਵਾਰ ਇੰਡੀਆ ਦੇ ਦੌਰ 'ਤੇ ਜਾ ਕੇ ਆਇਆ, ਇਹ ਕਿਵੇਂ ਰਿਹਾ? ਜਿਹੜੀ ਉੱਥੇ ਇਹਨਾਂ ਦੀਆਂ ਮਿਲਣੀਆਂ ਹੋਈਆਂ, ਜੋ ਵਪਾਰਕ ਸਮਝੌਤੇ ਹੋਏ, ਕੀ ਮਹਿਸੂਸ ਕਰਦੇ ਹੋ, ਕਿਸ ਤਰੀਕੇ ਨਾਲ ਇਹਦੇ ਸਫਲਤਾ ਮਿਲੀ? ਦੇਖੋ, ਇਸ ਵੇਲੇ ਸਿਚੁਏਸ਼ਨ ਜਿਹੜੀ ਗਲੋਬਲਾਈਜੇਸ਼ਨ ਆ ਐਂਡ ਜਿਹੜਾ ਟ੍ਰੇਡ ਹੈ, ਟ੍ਰੇਡ ਲਈ ਸਾਰੇ ਕੰਟਰੀ ਸਾਰੇ ਵਰਲਡ ਦੇ ਵਿੱਚ ਦੌੜਾਂ ਲੱਗੀਆਂ, ਔਰ ਖਾਸ ਤੌਰ 'ਤੇ ਕੈਨੇਡਾ ਨੇ ਜਿੱਦਣ ਦਾ ਆਇਲ ਅਮਰੀਕਾ ਵਾਲਿਆਂ ਨੇ ਆਇਲ ਕੱਢਣਾ ਸ਼ੁਰੂ ਕਰਤਾ, ਕਮੋਡਿਟੀ ਪ੍ਰਾਈਸਿਸ ਥੱਲੇ ਆਈਆਂ, ਐਂਡ ਉਦਣ ਦਾ ਇਹ ਦੇਖ ਸੋਚਣਾ ਸ਼ੁਰੂ ਕਰਤਾ ਕਿ ਜਿਹੜਾ ਫ੍ਰੀ ਟ੍ਰੇਡ ਇਕੱਲਾ ਅਮਰੀਕਾ ਦੇ ਉੱਤੇ ਨਾ ਨਿਰਭਰ ਹੀ ਹੈ, ਬਲਕਿ ਵਰਲਡ ਦੀਆਂ ਜਿਹੜੀਆਂ ਦੂਸਰੇ ਕਿੱਤੇ ਆ, ਜਿੱਦਾਂ ਯੂਰਪ ਹੋਇਆ, ਮਿਡਲ ਈਸਟ ਹੋਇਆ, ਚਾਈਨਾ ਹੋਇਆ, ਇੰਡੀਆ ਹੋਇਆ, ਇੰਡੀਆ ਅਤੇ ਚਾਈਨਾ ਦੇ ਉੱਤੇ ਬਹੁਤ ਜ਼ੋਰ ਲਗਾਇਆ, ਐਂਡ ਚਾਈਨਾ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਪ੍ਰਧਾਨ ਮੰਤਰੀ ਆਪ ਵਫਦ ਲੈ ਕੇ ਗਏ ਸਨ, ਔਰ ਜਿਹੜਾ ਕੈਨੇਡਾ ਦੇ ਨਾਲ ਫ੍ਰੀ ਟ੍ਰੇਡ ਦੀ ਗੱਲ ਸ਼ੁਰੂ ਹੋਈ ਆ, ਇਹ ਮਲਰੋਨੀ ਵੇਲੇ ਦੀ ਸ਼ੁਰੂ ਹੋਈ ਆ, ਐਂਡ ਇਹ ਆ ਚੌਥੀ ਦਫਾ ਇਹ ਵਫਦ ਜਾ ਚੁੱਕਿਆ। ਹਾਰਪਰ, ਪ੍ਰਾਈਮ ਮਿਨਿਸਟਰ ਹਾਰਪਰ ਨੇ ਵੀ ਬੜੀ ਟਰਾਈ ਕੀਤੀ, ਐਂਡ ਨਵਦੀਪ ਬੈਂਸ 2 ਦਫਾ ਇਹ ਜਾ ਚੁੱਕੇ ਨੇ, ਐਂਡ ਇਹ ਐਕਸਪੈਕਟ ਕੀਤਾ ਜਾਂਦਾ ਕਿ ਫ੍ਰੀ ਟ੍ਰੇਡ ਕੈਨੇਡਾ ਅਤੇ ਇੰਡੀਆ ਦਾ ਮਜ਼ਬੂਤ ਹੋਏਗਾ, ਐਗਰੀਮੈਂਟ ਹੋਏਗਾ। ਜਿੰਨਾ ਚਿਰ ਐਗਰੀਮੈਂਟ ਨਹੀਂ ਹੁੰਦਾ, ਦੇਖੋ ਇਸ ਵੇਲੇ ਜਿਹੜੀ ਪਾਪੂਲੇਸ਼ਨ ਹੈ ਚਾਈਨਾ ਅਤੇ ਇੰਡੀਆ ਦੀ ਪਾਪੂਲੇਸ਼ਨ ਮਿਲਾ ਲਈਏ ਤਾਂ ਹਰ 6ਵਾਂ ਬੰਦਾ ਦੁਨੀਆ ਦੀ ਪਾਪੂਲੇ, ਉਹਨਾਂ ਦੀ ਇੰਨੀ ਮਾਰਕੀਟ ਹੈ ਉੱਥੇ, ਇੰਨੀ ਬੜੀ ਵਾਸਟ ਮਾਰਕੀਟ ਕਰਕੇ ਸਾਰਿਆਂ ਦੀ ਦੌੜ ਇੰਡੀਆ ਅਤੇ ਚਾਈਨਾ 'ਤੇ ਲੱਗੀ ਹੋਈ ਆ, ਇਹ ਔਰ ਇਹਦੇ ਵਿੱਚੋਂ ਵੀ ਇੰਡੀਆ 'ਤੇ ਦੌੜ ਤਾਂ ਜ਼ਿਆਦਾ ਲੱਗੀ ਆ ਕਿ ਇੰਡੀਆ ਦੇ ਵਿੱਚ ਇੱਕ ਤਾਂ ਅੰਗਰੇਜ਼ੀ ਬੋਲੀ ਜਾ ਰਹੀ ਹੈ, ਦੂਸਰੀ ਉੱਥੇ ਵੀ ਡੈਮੋਕ੍ਰੇਸੀ ਜਿੱਦਾਂ ਇੱਥੇ ਕੈਨੇਡਾ ਦੇ ਵਿੱਚ ਡੈਮੋਕ੍ਰੇਟਿਕ ਸਿਸਟਮ ਹੈ, ਇੱਦਾਂ ਇੰਡੀਆ ਦੇ ਵਿੱਚ ਵੀ ਡੈਮੋਕ੍ਰੇਟਿਕ ਸਿਸਟਮ ਹੈ, ਜਿਹਦੇ ਕਰਕੇ ਕੈਨੇਡੀਅਨ ਸਰਕਾਰ, ਕੈਨੇਡੀਅਨ ਬਿਜ਼ਨਸ ਮੈਨ ਇਹ ਫੀਲ ਕਰਦੇ ਆ ਕਿ ਸਾਡਾ ਜਿਹੜਾ ਇੰਡੀਆ ਦੇ ਨਾਲ ਵਪਾਰ ਕਰਨਾ ਸੌਖਾ ਆ ਔਰ ਫਾਸਟ ਹੈ, ਔਰ ਉਹਦੀ ਇਹ ਇੱਕ ਬਹੁਤ ਪੋਜ਼ਿਟਿਵ ਸਟੈਪ ਹੋਇਆ ਕਿ 3 ਮਿਨਿਸਟਰ ਉੱਥੇ ਗਏ ਨੇ, ਔਰ ਉੱਥੇ ਵੀ ਸੀਨੀਅਰ ਜਿਹੜੀ ਮੋਦੀ ਦੇ ਮਿਨਿਸਟਰ ਸੀ ਸਚ ਐਸ ਜੇਟਲੀ, ਅਤੇ ਉਹਨਾਂ ਸਾਰਿਆਂ ਨੂੰ ਇਹ ਮਿਲ ਕੇ ਆਏ ਆ, ਉਹਦੇ 'ਚੋਂ ਕਿੱਥੇ ਕੁ ਤੱਕ ਪਹੁੰਚਿਆ ਇਹ ਮੇਰੇ ਖਿਆਲ ਹਾਲੇ ਡਿਟੇਲ ਉਹਨਾਂ ਦੇ ਆਉਣ ਤੋਂ ਪਤਾ ਲੱਗੂ। ਅਤੇ ਦੀਪ ਸਾਹਿਬ, ਤੁਸੀਂ ਬੜਾ ਨੇੜੇ ਹੋ ਕੇ ਤੱਕਦੇ ਰਹੇ ਹੋ, ਕਿਉਂਕਿ ਦਿੱਲੀ ਦੇ ਵਿੱਚ ਜ਼ਿਆਦਾ ਇਹ ਜਿਹੜਾ ਵਪਾਰਕ ਕਮਿਸ਼ਨ ਸੀ ਸਾਰੇ ਮੈਂਬਰ ਉੱਥੇ ਵਾਪਸ ਗਏ, ਕਿਹੋ ਜਿਹੀਆਂ ਰਹੀਆਂ ਉੱਥੇ ਮੁਲਾਕਾਤਾਂ, ਤੁਹਾਡੀਆਂ ਕੀ ਰਿਪੋਰਟਾਂ ਨੇ ਇਹਦੇ ਬਾਰੇ? ਅਸਲ ਵਿੱਚ ਮੈਂ ਇਹਨੂੰ ਫੋਲੋ ਕਰ ਰਿਹਾ, ਇੱਕ ਸਭ ਤੋਂ ਵੱਡੀ ਗੱਲ ਤਾਂ ਮੈਂ ਇਹ ਕਹਿੰਦਾ ਕਿ ਜਿਹੜਾ ਐਤਕੀ ਮਿਸ਼ਨ ਗਿਆ ਨਾ, ਪਹਿਲੇ ਜਿਹੜੇ ਮਿਸ਼ਨ ਇੱਥੋਂ ਜਾਂਦੇ ਰਹੇ ਨੇ ਉਹਨਾਂ ਦੀ ਪਹਿਲਾਂ ਚਰਚਾ ਕਾਫੀ ਹੁੰਦੀ ਸੀ, ਉਹ ਕੀ ਕਰਕੇ ਆਏ ਨੇ ਹਾਂਜੀ, ਉਹ ਨਹੀਂ ਇੰਨਾ ਹੁੰਦਾ ਸੀ, ਲੇਕਿਨ ਮੈਂ ਇਹ ਜਿਹੜੀ ਨਵੀਂ ਪੀੜ੍ਹੀ ਹੈ, ਜਿਵੇਂ ਹਾਂਜੀ ਨਵਦੀਪ ਬੈਂਸ, ਇਹਨਾਂ ਨੇ ਵੀ ਕਿਹਾ ਕਿ ਦੂਜੀ ਵਾਰ ਹੋ ਗਏ ਨੇ, ਹਾਂਜੀ, ਔਰ ਖਾਸ ਤੌਰ ਦੇ ਉੱਤੇ ਸਾਡੇ ਜਦੋਂ ਨਾਇਕਤਾ ਦਾ ਇਸ ਵੇਲੇ ਬੜਾ ਰੇੜਕਾ ਪਿਆ ਹੋਇਆ ਹੈ ਜੀ ਅਮੈਰੀਕਾ ਦੇ ਨਾਲ, ਕੁਦਰਤੀ ਆ ਕਿ ਸਾਡੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਚਾਈਨਾ, ਇੰਡੀਆ ਅਤੇ ਜਿਹੜੇ ਬਾਕੀ ਦੂਸਰੇ ਮੁਲਕ ਨੇ ਉਹਨਾਂ ਨਾਲ ਜਿਹੜਾ ਕਾਰੋਬਾਰ ਉਹ ਵਧਾਇਆ ਜਾਵੇ ਹੈ ਜੀ। ਤੋ ਉੱਥੇ ਉਹਨਾਂ ਦੀਆਂ ਜਿੰਨੀਆਂ ਵੀ ਮੈਂ ਮੀਟਿੰਗਾਂ ਦੇਖੀਆਂ ਹੈ ਜੀ, ਮੋਸਟਲੀ ਉੱਥੇ ਦੀਆਂ ਵੱਖ ਵੱਖ ਜਿਹੜੀਆਂ ਅੱਜ ਜਿਹੜਾ ਅਖੀਰਲਾ ਦਿਨ ਹੈ ਉੱਥੇ ਇੱਕ ਬੜੀ ਵੱਡੀ ਸਮਿਟ ਸੀ, ਇਹ ਤੋਂ ਇਲਾਵਾ ਵੀ ਜਿੰਨੀਆਂ ਜਿੱਦਾਂ ਪੂਨਾ ਹੈ, ਸਾਊਥ ਹੈ ਜੀ, ਬੋਂਬੇ ਹੈ, ਇਹ ਸਾਰੇ ਏਰੀਆਜ਼ ਦੇ ਵਿੱਚ ਉਹ ਇੱਕ ਹਫ਼ਤੇ ਦੇ ਦੌਰਾਨ ਉਹ ਇੰਨੇ ਵੱਡੀ ਪੱਧਰ ਦੇ ਉੱਤੇ ਆਲੇ ਦੁਆਲੇ ਜਾ ਰਹੇ ਨੇ ਕਿ ਲੱਗ ਰਿਹਾ ਕਿ ਐਤਕੀ ਸਿਰਫ ਇਹ ਟ੍ਰਿਪ ਜਿਹੜਾ ਇਹੀ ਨਹੀਂ ਹੋਏਗਾ ਕਿ ਉਹਦੇ ਵਿੱਚ ਹੈ ਜੀ 165 ਬੰਦੇ ਜਾਂ 100 ਕੰਪਨੀਆਂ ਗਈਆਂ,
मेरा ख्याल है कुछ एक साइन अप भी होकर आएगी। टीसर साहब थोड़े ख्याल के समझौते नेपरे चढ़े ने जे जो सिरे लगन की आस है कनेडा के नाल जो ट्रेड है इस वे हो रहा 5 to 7 billion का ट्रेड है यू टीचा तो अभी थोड़ा याद होगा जो 15 billion का मनमोहन सिंह आए थे हाँ जी उदो टीचा 15 billion का किया एंड इस वे जो इंडिया के हम मैं अजी पढ़ता स कि उत्थे जिदा किन्नी पोल्यूशन है जी पोल्यूशन दे बच्चे इत्थे टू मेक इट क्लीन एयर कर ली कनेडा दी काफ़ी मतलब मोरलियां कतारां दे बच्चे है टेक्नोलॉजी है एक तो ये इंडिया नूं बहुत लोड़ है। मेरा ख्याल है कि दीपक साहब ये ते भी समझाता उन्हां दा कि मेरा ख्याल होएगा क्योंकि खास तौर के उत्ते नवदीप बैस होरां दी जिहड़ियां मैं इंटरव्यूज देखियां उन्होंने उन्होंने ये गल कह की कोशिश की है कि साढ़े को कुछ यहोजियां कंपनियां आई ने जो इस विषय के उत्ते काम कर दया है जी इसे तुम ये देख लो भी इस वे पंजाब से क्यों गए भी है जो हालात के ने जो कि दिल्ली के खुद जरा जी वैदर बहुत अजय पकी है कि उत्थे धुंद जी जिदे करके सारा उतों की आबो हवा काफ़ी प्रभावित कर रही थी तो उन्होंने देख लिया है तो हूँ यही पता कि पंजाब बारे भी वो पर जी भी कंपनी उत्थे जो भी काम करेगी नैचुरली है जी उन्हें वो हिंदुस्तान पद्धर से करेगी हाँ जी उन्होंने एक सूबे लिए नहीं करना समुचे है जी भारत लिए करना तो मेरा ख्याल है कि पंजाब ते हरियाणा ते सारे भी वह भी टीसर साहब दोनों जे बाबत गए थे ना तो उन्होंने काफ़ी जेडे सुरेश प्रभु जी ने भारतीय उद्योग मंत्री उन्होंने जो नवदीप सिंह बैंस इन्हें सारे मीटिंग हुई एक नतीजे जरूर पहुंचे ने कि जो आर्थिक समझौते हुए ने दोनों के छेती नेपरे चाड़े जा देखो ब्यूरोक्रेसी आ रेड टेप आ किन्ने वफद पहला गए वो के पासे को गल कंक्रीट समझौता हाले तक हो नहीं सकिया ईवन आ वफद भी समझौते जरूर हो 165 बंदे गए 100 कंपनियां के रिप्रजेंटेटिव गए 100 कंपनियां विचों मरखला 60 कंपनियां तो ऑलरेडी उत्थे वन वे और दी अदर वे वो ट्रेड कर रही हैं और उदे नवे समझौते होने हैं पर नवे समझौते इन प्रैक्टिकली उन्ना चर वो उन्हों का रिजल्ट नहीं निकलता जिन्ना चर फ्री ट्रेड एग्रीमेंट के उत्ते साइन नहीं होंगे। देखो फ्री ट्रेड है जोड़ा इतों माल भेजना वो कि ड्यूटी लगनी है ये सारी निटी ग्रिटी जिन्ना चर डिसाइड नहीं होंगी उन्ना चर मरखला जोड़ा ट्रेड समझौते जरूर हो जाते हैं पर रिजल्ट को बड़े उभर के नहीं बहर आ रहे। दूजी गल मैं ये भी कहना चाहना कि साढ़े पिछे रह गए मुल्क भारत कुछ एक बिजनेस में शुरू करने तो जो रेड टेप्स ने ना जी उन्होंने तो इतने कंपनियां जो बड़ी निराश हो जाए और वो फिर कई बार ये सोचदियां कि असी जो कोशिश करिए ना हो जाए कि इन्नी मेहनत करने तो बाद गल उ नहीं उत्थे रह जाए तो मेरा ख्याल है कि इस पक्षों भी दीप साहब तुम कई बाबदों जाने का मौका मिले प्रीमियर साढ़े डॉक्टर मकैनटी गए थे उन्होंने भी तुम गए कि थोड़ा लगता कि जड़िया अजे बाबद जाते हैं मीटिंगा जाए ने वो जिन्ना कुछ करके उन्हें 100% जोड़ा है वो लागू हो जाता जो हिंदुस्तान के वलों पूरी तरह जोड़ा बाबद जाता उन्होंने पूरा पक्ष पूरा जाता तो जल्दी जो लागू करने की कोशिश करते हैं। जो सवाल है बहुत इंपॉर्टेंट है और एक्चुअली यही सब तो वही गल है आम तौर उत्ते जो ट्रिप होंगे ना ये थोड़ी जी पॉलिटिक्स भी होंगी राजनीति भी होंगी है जी बहुत सारे जो फैसले पहले ही हुए होंगे उन्हें जाके उत्ते साइन ही करने होंगे है जी पर फिर भी उदे नाल भी जो भावें पहला साइन करते भी हो पर उदे नाल ये भी गल होंगी है कि नवीं संभावनावां पैदा होंगे जिदा हुण सारिया कंपनियां गई नैचुरली ये ट्रिप दो ये तो आ जाएंगे हो सकता है जिन्हें कुछ समझौते हो गए है जी दे विल ट्राई टू लुक इन टू दैट कि हूँ कंप्लीट हो जाए। गल्लां अजे होर भी बहुत ने जी पर आप समा हो गया हूँ ब्रेक का ब्रेक तो बाद फिर मिलते हैं। ब्रेक तो बाद असी एक बार फिर आ जाना साड़ी गलबात चल रही है जिहड़ा कनेडा तो व्यापार कमीशन भारत दे विच गया सी वो किन्ना सफल रहा उहदे बारे गलबात साड़ी हो रही है मेरे नाल ने कुलदीप दीपक जी ते उहनां दे नाल निर्मल टिंसा जी। टिंसा साहब एक बड़ी खुशी वाली गल है कि कनेडा दे विच भी सरकारां बदल गईआं हिंदुस्तान दे विच भी भावें सरकारां बदल गईआं पर जिहड़े दोवें देशां दा प्यार आ उह दिनों दिन वधदा जा रहा
सरकार केड़ी जड़ी मर्जी हो गए हाँ जी सारिया सरकारों दा इस वे दौड़ लगी है बद तो बद ट्रेड दे ट्रेड मिशन कि असी बिजनेस किस तरह लेना बाकी जिहड़ा सिस्टम है पार्टियां आउंदियां रहनियां जांदियां रहनियां और जिस हिसाब जिस स्पीड दे नाल हार्पर भी कर रहा सी उसी स्पीड दे नाल ट्रूडो ने ट्रूडो कर रहा हार्पर भी इहदे जिहड़े ट्रेड मिशन लैके गया हार्पर ने ट्राई कीती चाइना दे नाल यूरोप दे नाल इंडिया दे नाल एग्जैक्टली यही गल ट्रूडो कर रहा आई थिंक इट्स वेरी पॉजिटिव एंड खास तौर पर जिहड़ा इंडिया है देखो इंडिया नूं सगो ट्रेड दा कनेडा नालों भी वध लोड़ है क्योंकि इंडिया नूं टेक्नोलॉजी दी लोड़ है इंडिया दे विच वास्ट पापूलेशन है इंडिया च किन्नी करप्शन है हुण तुसीं देखो इंडिया ने हुण जी एस टी लागू कीती है कनेडा ने किन्ना चिर पहलां जी एस टी लागू कीती है सो इह बहुत सारियां गल्लां इक दूसरे तों लर्न करन दियां इक दूजे जिहड़ा कोई नेशन प्रोग्रेस नहीं कर सकती जिन्ना चिर उहदा ट्रेड नहीं वधदा जी दीप साहब साडे मानयोग मंत्री नवदीप सिंह बैंस ये दिल्ली के अफगानिस्तान के सिखा तो हिंदू रिफ्यूजिया मिले ने की तुसी इहदा मतलब की कर सकते हो असल में यह बड़ा जज्बाती सवाल है तुहाडा जिहड़े मनमीत सिंह भुल्लर सन कैलगरी जिन्होंने शुरुआत की है भुल्लर फाउंडेशन भी है उत्थे और उन्होंने गलबात बड़ी देर शुरू की सी है जी लेकिन अनफॉर्चुनेटली उन्होंने एक्सीडेंट हो गया वो चले गए पर यह सवाल बड़ी बार इतने उठता रहा क्योंकि इस मुल्क के बहुत सारे रिफ्यूजी आ रहे हैं जी अफगानिस्तान के जोड़े लोग उतरे की जी सिचुएशन है तो जो सफर कर रहे हैं वो जो माइनॉरिटीज़ ने खास तौर पर सिख तो हिंदू उन्होंने आम रिपोर्ट्स आदि जिन लोगों ने उ जाके देखा भी है तो मैं समझना कि ये कुछ एक लोग उस फाउंडेशन के अंडर उन्होंने कहा कि जो तुम उन्होंने इतने रिफ्यूजी बना तो उन्होंने उत्थों बाहर जाना पेगा क्लीयर कर ले तो मेरा ख्याल 250 के करीब बंदा जिहड़ा इस वेले इंडिया जाके बैठा लेकिन इंडिया च उन्हों का कोई भविष्य नहीं तो मेरा ख्याल है कि वह जी शुरुआत की भुल्लर फाउंडेशन के अंडर वनू नवदीप सिंह बैंस हुई है जी जो उन्होंने जाके मिले ने उन्होंने गलबात की है लेडीज नाल और खुशी की गल है कि वो सिर्फ एक तबका नहीं हिंदू सिख दोनों ने तो मैं समझना कि ये बहुत पॉजिटिव है ढींसा साहब ये जरा व्यापारक मिशन जरा इंडिया तो जाके मुड़िया हाँ जी थोड़े ख्याल अपने कनेडा नूं इहदा की लाभ होएगा सब तो बाद कनेडा नूं जी बहुत बेनीफिट होएगा क्योंकि एक तो जी थोनों पता भी नैफ्टा की नैगोशिएशन चल रही है अमरीका ट्रंप इन्हों बड़ी अखा दिखा रहा जे नैफ्टा फेल हो गई तो यह कनेडा के एक वाद वाद चल रहा और बड़ी डिस्कशन चल रही है कि कनेडा अमरीका के उत्ते निर्भर नहीं रहना चाहिए कनेडा डोर खोलने चाहिए कनेडा यूरोप के नाल ट्रेड करना चाहिए कनेडा एशिया के नाल करना चाहिए इंडिया के नाल चाइना के नाल सो उस करके देखो हम जो ऑयल है ऑयल है अमरीका ने भी कढ़ना शुरू करता शेल गैस नलके की तरह खोल देंगे कभी सोचा ही नहीं सी अमरीका भी कंपीट करूगा एंड इसलिए जी अपनी कमोडिटी कनेडा की जी इकोनमी है एक कमोडिटी बेस्ड इकोनमी है इन्होंने जी कमोडिटी मेजर आता ऑयल ऑयल हम अमरीका तो लोड़ नहीं इसलिए इन्हों सब तो वह कंजम्पशन इंडिया के चाइना के बच्चे उत्थे ऑयल उन्होंने लोड़ है ऑयल की सो इसलिए जे उन्होंने नाल हो जाता इस करके जरा पाइपलाइन का बड़ा रगड़ा झगड़ा चल रहा ये कहें कि पाइपलाइन सीधी अल्बर्टा तो वैनकूवर सी दे नाल ला दीए ताकि उतों असी ऑयल सारा एक्सपोर्ट कर सकी साड़ी निर्भरता अमरीका तक घट जाए तो ये बहुत मेजर बेनीफिट जी दीप साहब जे आप देखिए भारत के प्रधानमंत्री मोदी साहब वह तो प्रधानमंत्री बनने तो बाद एक साल के अद्धी दुनिया का चक्कर लाया सी पर साढ़े प्राइम मिनिस्टर जस्टिन ट्रूडो दो साल तो भी वाधा समा हो गया अजे तक भारत भी नहीं गए की ख्याल है थोड़ा ये जरा हूँ व्यापारक मिशन गया थी कि राह पदरा नहीं करके आया कि जल्दी जाएंगे साढ़े क्योंकि इतने बहुत बड़ी कम्युनिटी है साड़ी है जी भारत तो आई हुई साढ़े एमपी भी 18 ने जी हाँ जी एमपी 18 ने तो मेरा ख्याल है कि इतों जाना तो चाहिए हो सकता है कि ये जड़ा इस वेले वफद गया है जी हो सकता है ये कुछ संभावनावां उत्ते प्रगट कर गया हो और उस तो बाद फिर मेरा ख्याल वो जाना चाहिए उन्होंने जी जी आम तौर पर तो यह होंगे कि साढ़े श्री महापुर साहब कंजरवेटिव पार्टी के वह भी जाके आए हैं और ट्रूडो साहब बड़े यत्नशील ने देखो भावें यूरोप गए हूँ हमें ही
ਏਸ਼ੀਆ ਸਮਿਟ ਦੇ ਵਿੱਚ ਜਾ ਕੇ ਆਏ ਨੇ, ਬਿਲਕੁਲ ਹਾਂਜੀ, ਚਾਈਨਾ ਵੀ ਜਾ ਕੇ ਆਏ ਨੇ, ਹਾਂਜੀ। ਤਾਂ ਮੇਰਾ ਖਿਆਲ ਹੈ ਕਿ ਇੰਡੀਆ ਦਾ ਉਹਨਾਂ ਦਾ ਇੱਕ ਟ੍ਰਿਪ ਬਣਦਾ ਜੀ, ਬਣਦਾ ਹੁਣ ਜਾਣਗੇ ਇਹਦਾ ਮਤਲਬ ਬਣਦਾ ਨਹੀਂ, ਮੇਰਾ ਖਿਆਲ ਗੱਲ ਚੱਲੀ ਵੀ ਹੈ, ਸ਼ਾਇਦ ਫਰਵਰੀ ਦੇ ਵਿੱਚ ਸੁਣ ਵਿੱਚ ਆਇਆ ਕਿ ਫਰਵਰੀ ਦੇ ਵਿੱਚ ਸ਼ਾਇਦ ਉਹ ਅਜੇ ਪ੍ਰੋਗਰਾਮ ਬਣਾ ਰਹੇ ਨੇ, ਜਾਣਦਾ ਅਜੇ ਫਾਈਨਲ ਨਹੀਂ ਹੋਇਆ ਉਹਨਾਂ ਦਾ। ਅੱਛਾ ਤਿੰਦਰ ਸਾਹਿਬ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਇੰਪੋਰਟ ਐਕਸਪੋਰਟ ਅਸੀਂ ਇੰਡੀਆ ਅਤੇ ਕੈਨੇਡਾ ਆਪਸ ਵਿੱਚ ਹੀ ਕਰ ਸਕਦੇ ਨੇ ਜਿਹਦੇ ਨਾਲ ਦੋਨਾਂ ਦੇਸ਼ਾਂ ਨੂੰ ਫਾਇਦਾ ਹੋ ਸਕਦਾ? ਬਹੁਤ ਚੀਜ਼ਾਂ ਜੀ ਗਿਣੀਆਂ ਨਹੀਂ ਜਾ ਸਕਦੀਆਂ। ਸਭ ਤੋਂ ਵੱਧ ਹੈਗਾ ਇਸ ਵੇਲੇ ਅਰਜੈਂਸੀ ਇਨਵਾਇਰਮੈਂਟ ਦੀ, ਓਕੇ, ਕੈਨੇਡਾ ਕੈਨੇਡਾ ਇਨਵਾਇਰਮੈਂਟ ਦੇ ਵਿੱਚ ਲੀਡ ਕਰ ਰਿਹਾ, ਇਹਨਾਂ ਕੋਲ ਐਕਸਪਰਟਾਈਜ਼ ਹੈ, ਔਰ ਇਹਨਾਂ ਇਹਦੇ 'ਚ ਦੇਖੋ ਫਿਰ ਦੂਸਰੀ ਹੈ ਕਲੀਨ ਵਾਟਰ, ਉੱਥੇ ਵਾਟਰ ਨਹੀਂ ਮਿਲ ਰਿਹਾ, ਕਿੰਨੀ ਕਿੰਨੀ ਉੱਥੇ ਫਿਰ ਫਿਰ ਪੋਲਿਊਸ਼ਨ ਕਿੰਨੀ ਹੈ, ਮਤਲਬ ਕੈਨੇਡਾ ਕੋਲ ਤਾਂ ਇੰਨਾ ਵਾਸਟ ਹੈ, ਔਰ ਇੰਡੀਆ ਨੂੰ ਵੀ ਇੰਨਾ ਐਡਵਾਂਟੇਜ ਹੈ ਉਹਦਾ। ਮੈਂ ਕਹਿੰਦਾ ਕੈਨੇਡਾ ਦੀਆਂ ਜਿਹੜੀਆਂ ਕੰਪਨੀਆਂ ਜਿੰਨਾ ਮਰਜ਼ੀ ਉੱਥੇ ਇਨਵੈਸਟ ਕਰ ਲੈਣ, ਉਹਨੇ ਥੋੜ੍ਹਾ। ਔਰ ਇਹ ਗੱਲ ਮੈਂ ਹੋਰ ਵੀ ਕਹਿਣੀ ਚਾਹੁੰਦਾ, ਸੋਰੀ, ਕਿ ਜਿਵੇਂ ਉੱਥੇ ਹੁਣ ਜਿਹੜੀ ਚੌਲ ਜਾਂ ਰਤਾਨ ਹੈ ਪਰਾਲੀ ਨੂੰ ਸਾਫ਼ ਕੀਤਾ ਜਾਂਦਾ ਹੈ ਜੀ, ਇਸੇ ਅੱਗੇ ਹੁੰਦੇ ਸੀ ਪਸ਼ੂ ਆਪਣੇ ਤੂੜੀ ਵਗੈਰਾ ਖਾ ਲੈਂਦੇ ਸੀ, ਹੈ ਇਸੇ ਤਰ੍ਹਾਂ ਕਣਕ ਵੀ ਵੱਢ ਕੇ। ਤਾਂ ਮੇਰਾ ਖਿਆਲ ਹੈ ਉਹਨੂੰ ਸੰਭਾਲਣ ਦੇ ਲਈ, ਉਹਨੂੰ ਤਾਂ ਕਿ ਉਹ ਤੋਂ ਕੁਛ ਹੋਰ ਪ੍ਰੋਡਿਊਸ ਕੀਤਾ ਜਾ ਸਕੇ, ਤਾਂ ਕੈਨੇਡਾ ਦੇ ਕੋਲ ਟੈਕਨੋਲੋਜੀ ਹੈਗੀ ਹੈ, ਔਰ ਮੇਰਾ ਖਿਆਲ ਹੈ ਪੰਜਾਬ ਨੂੰ ਵੀ ਇਹਦੇ ਵਿੱਚ ਕਾਫ਼ੀ ਇੰਟਰਸਟ ਹੈ। ਪਰ ਸਾਡੇ ਤਾਂ ਉਹਨਾਂ ਨੇ ਤਾਂ ਸਾਡੇ ਮਿਨਿਸਟਰ ਗਏ ਸੀ ਅਤੇ ਉਹਨਾਂ ਦਾ ਬਾਈਕਾਟ ਕੀਤਾ ਸੀ ਕੈਪਟਨ ਸਾਹਿਬ ਨੇ, ਜੇ ਆਪਾਂ ਦੇਖਿਆ ਜਾਵੇ ਕੈਨੇਡਾ ਤੋਂ ਉਹਨਾਂ ਨੂੰ ਬਹੁਤ ਸਾਰੇ ਜਿਹੜਾ ਲਾਭ ਉਠਾ ਸਕਦੇ ਨੇ, ਬਹੁਤ ਸਾਰੇ ਮਾਮਲਿਆਂ ਦੇ ਵਿੱਚ ਉਹਨਾਂ ਤੋਂ ਫਾਇਦਾ ਲਿਆ ਜਾ ਸਕਦਾ। ਕੈਪਟਨ ਸਾਹਿਬ ਜੇ ਸੁਣ ਰਹੇ ਨੇ ਪ੍ਰੋਗਰਾਮ, ਤਾਂ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹਦੇ ਬਾਰੇ ਕੁਛ ਚੇਂਜ ਕਰਨਾ ਚਾਹੀਦਾ, ਬਿਲਕੁਲ ਜੀ। ਅਤੇ ਸਵਾਲ ਹੋਰ ਵੀ ਬਹੁਤ ਨੇ, ਪਰ ਅਸੀਂ ਵਾਪਸ ਮੁੜਦੇ ਹਾਂ ਚੰਦ ਕਮਰਸ਼ਲਾਂ ਤੋਂ ਬਾਅਦ। ਬ੍ਰੇਕ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ। ਸਾਡੀ ਗੱਲਬਾਤ ਚੱਲ ਰਹੀ ਹੈ ਜਿਹੜਾ ਕੈਨੇਡੀਅਨ ਵਪਾਰ ਕਮਿਸ਼ਨ ਭਾਰਤ ਦੇ ਦੌਰੇ 'ਤੇ ਗਿਆ ਸੀ, ਉਹ ਕਿੰਨਾ ਕੁ ਸਫ਼ਰ ਰਿਹਾ, ਇਹਦੇ ਬਾਰੇ ਸਾਡੀ ਗੱਲਬਾਤ ਹੋ ਰਹੀ ਹੈ ਕੁਲਦੀਪ ਦੀਪਕ ਜੀ ਨਾਲ ਅਤੇ ਨਿਰਮਲ ਢੀਂਸਾ ਜੀ ਨਾਲ। ਢੀਂਸਾ ਸਾਹਿਬ, ਤੁਹਾਡੇ ਖਿਆਲ ਦੇ ਵਿੱਚ ਹੁਣ ਤੱਕ ਜਿੰਨੀਆਂ ਰਿਪੋਰਟਾਂ ਆਈਆਂ ਨੇ ਅਤੇ ਕਿੰਨੀ ਕੁ ਸਫਲਤਾ ਮਿਲੀ ਆ ਮਿਸ਼ਨ ਨੂੰ ਜਿਹੜਾ ਕੈਨੇਡਾ ਤੋਂ? ਇੱਦਾਂ ਲੱਗਦਾ ਦੀਪਕ ਸਾਹਿਬ, ਭੁੱਲੋ ਸਾਹਿਬ, ਇਹ ਮਿਸ਼ਨ ਪਹਿਲੇ ਮਿਸ਼ਨਾਂ ਨਾਲੋਂ ਜ਼ਿਆਦਾ ਕਾਮਯਾਬ ਹੈ, ਐਂਡ ਕਿਉਂਕਿ ਪ੍ਰੈਕਟੀਕਲੀ ਜਿਸ ਹਿਸਾਬ ਦੇ ਨਾਲ ਹੁਣ ਇਹ ਗਏ ਆ, ਫਿਰ ਇਹ ਚੌਥੀ ਫੇਰੀ ਆ ਦੀਪ ਦੀ, ਹੈਗੀ ਸੈਕਿੰਡ, ਐਂਡ ਲੁਕਸ ਲਾਈਕ ਦੇ ਆਰ ਵੈਰੀ ਕਲੋਜ਼ ਟੂ ਫਰੀ ਟ੍ਰੇਡ। ਜਿਹੜਾ ਤੁਸੀਂ ਪਹਿਲਾਂ ਵੀ ਕੁਐਸਚਨ ਕੀਤਾ ਸੀ ਕਿ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੇ ਇੰਡੀਆ ਗਏ, ਇੱਦਾਂ ਲੱਗਦਾ ਵੀ ਜਿੱਦਣ ਫਰੀ ਟ੍ਰੇਡ ਦਾ ਹੋ ਗਿਆ ਉਹ ਸਾਈਨਿੰਗ ਸੈਰੇਮਨੀ ਦੇ ਲਈ ਉਹ ਜਾਣਗੇ, ਟਰੂਡੋ ਸਾਹਿਬ ਨੂੰ ਜਾਣਗੇ। ਜੇ ਇਹ ਹੋ ਜਾਏ ਤਾਂ ਆਈ ਥਿੰਕ ਇਟ ਵਿਲ ਬੀ ਮੇਜਰ ਬ੍ਰੇਕ ਥਰੂ ਫਾਰ ਇੰਡੀਆ ਐਂਡ ਫਾਰ ਕੈਨੇਡਾ। ਕੈਨੇਡਾ ਲਈ ਇਸ ਕਰਕੇ ਆ ਕਿ ਇਸ ਵੇਲੇ ਜਿਹੜਾ ਨੈਫਟਾ ਦਾ ਚੱਲ ਰਿਹਾ, ਪਤਾ ਨਹੀਂ ਗੱਲ ਸਿਚੁਏਸ਼ਨ ਕਿੱਦਾਂ ਹੋਣੀ ਆ, ਉਹਨਾਂ ਦੀ ਮੀਟਿੰਗ ਅੱਜ ਸ਼ੁਰੂ ਹੋਈ ਆ, ਸੋ ਉਹਦੇ ਕਰਕੇ ਕੈਨੇਡਾ ਲੱਭ ਰਿਹਾ ਅਲਟਰਨੇਟਿਵ ਤਾਂ ਕਿ ਸਾਨੂੰ ਅਮਰੀਕਾ ਦੇ ਉੱਤੇ ਨਿਰਭਰ ਨਾ ਹੋਣਾ ਪਵੇ। ਸੋ ਇਸ ਸੰਦਰਭ ਵਿੱਚ ਪਹਿਲਾਂ ਨਾਉਣ ਵੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਕਰਕੇ ਇਹ ਟਰੂ ਆ ਕੈਨੇਡਾ ਵਾਲੇ ਹੁਣ ਬਹੁਤ ਟਰਾਈ ਕਰ ਰਹੇ ਆ, ਹਰ ਕੰਟਰੀ ਦੇ ਵਿੱਚ, ਹਰ ਖਿੱਤੇ ਵਿੱਚ ਇਹ ਮਿਸ਼ਨ ਲੈ ਕੇ ਜਾ ਰਹੇ, ਐਂਡ ਕਿੰਨੇ ਕਾਮਯਾਬ ਹੁੰਦੇ ਆ, ਮੈਨੂੰ ਲੱਗਦਾ ਪਹਿਲਾਂ ਨਾਲੋਂ ਕਾਫ਼ੀ ਪ੍ਰੋਗਰੈਸ ਹੋਈ ਹੈ। ਦੀਪ ਸਾਹਿਬ ਜੀ, ਆਪਾਂ ਦੇਖੀਏ ਪਹਿਲੇ ਜਿੰਨੇ ਮਿਸ਼ਨ ਗਏ ਨੇ, ਚਾਹੇ ਪ੍ਰਾਈਮ ਮਿਨਿਸਟਰ ਗਏ ਜੀ, ਉਹਨਾਂ ਵੱਲ ਝਾਤ ਮਾਰੀਏ ਆਪਾਂ, ਉਹਨਾਂ ਦਾ ਤਾਂ ਇਹਨਾਂ ਵਕਤਾਂ ਦੇ ਜਾਣ 'ਚ ਬਹੁਤ ਸਭ ਕੋਲ ਦਾ ਫਰਕ ਲੱਗ ਰਿਹਾ, ਕਿਉਂਕਿ ਉਸ ਵੇਲੇ ਜ਼ਿਆਦਾ ਰੌਲਾ ਪੈਂਦਾ ਸੀ, ਹੁਣ ਰੌਲਾ ਘੱਟ ਪੈ ਰਿਹਾ ਅਤੇ ਕੰਮ ਜ਼ਿਆਦਾ ਹੋ ਰਿਹਾ, ਤੁਹਾਡਾ ਕੀ ਕਹਿਣਾ ਦੇ ਬਾਰੇ? ਜਿਹੜੀ ਤੁਸੀਂ ਇਹ ਗੱਲ ਕਹੀ ਹੈ, ਮੈਂ ਬਿਲਕੁਲ ਉਹਨਾਂ ਨਾਲ ਸਹਿਮਤ ਹੈ, ਹਾਂਜੀ, ਕਿ ਪਹਿਲਾਂ ਹੱਲਾ ਗੁੱਲਾ ਜ਼ਿਆਦਾ ਹੁੰਦਾ ਸੀ, ਹਾਂਜੀ, ਕੰਮ ਘੱਟ ਹੁੰਦਾ ਸੀ, ਹੈ ਜੀ, ਲੇਕਿਨ ਹੁਣ ਜਿਹੜੇ ਵਾਪਸ ਇਹ ਜਿਵੇਂ ਕਿਹਾ ਕਿ ਜਿਹੜੀ ਨਵੀਂ ਪਨੀਰੀ ਆਈ ਹੈ ਜੀ ਸਾਡੇ ਇੰਡਸਟਰੀਸ ਦੀ, ਇਹ ਲੋਕ ਬੜੇ ਸੀਰੀਅਸ ਨੇ, ਇਹ ਉੱਥੇ ਸਿਰਫ ਹੈ ਜੀ, ਇਹ ਨਹੀਂ ਕਿ ਉੱਥੇ ਜਾ ਕੇ ਹਾਰ ਜਾਂ ਕੁਛ ਪਾਰਟੀਆਂ ਕਰਕੇ ਮੁੜੇ ਆਏ, ਇਹ ਲੋਕ ਸੀਰੀਅਸ ਨੇ ਕਿ ਯੈਸ ਵੀ ਹੈਵ ਟੂ ਹੈ ਜੀ ਡੂ ਸਮਥਿੰਗ ਅਬਾਊਟ ਦਾ ਜਿਹੜਾ ਆਦਾਨ ਪ੍ਰਦਾਨ ਹੈ ਬਿਜ਼ਨਸ ਦਾ। ਤਾਂ ਮੈਂ ਸਮਝਦਾ ਕਿ ਇਹ ਸੀਰੀਅਸ ਵੀ ਨੇ, ਜਿਹੜੀਆਂ ਕੰਪਨੀਆਂ ਗਈਆਂ ਉਹ ਵੀ ਸੀਰੀਅਸ ਨੇ, ਨੈਚੁਰਲੀ ਅਸੀਂ ਜਿਵੇਂ ਕਿਹਾ ਢੀਂਸਾ ਸਾਹਿਬ ਨੇ ਕਿ ਅਸੀਂ ਲੱਭ ਰਹੇ ਹਾਂ ਕਿ ਹੁਣ ਸਾਡਾ ਆਦਾਨ ਪ੍ਰਦਾਨ ਹੋਰ ਹੈ ਜੀ ਸ਼ੁਰੂਆਤ ਹੋਵੇ, ਔਰ ਦੂਜੀ ਅਸੀਂ ਜਿਹੜੇ ਲੋਕ ਇੱਥੇ ਵੜਦੇ ਹਾਂ, ਹਾਂਜੀ, ਸਾਡੇ ਲਈ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿਉਂਕਿ ਸਾਡਾ ਇਹ ਵੀ ਮੁਲਕ ਹੈ, ਸਾਡਾ ਉਹ ਵੀ ਮੁਲਕ ਹੈ, ਬਿਲਕੁਲ, ਸੋ ਸਾਡੇ ਦੋਵਾਂ ਦੀ ਜਨਮ ਭੂਮੀ ਆ, ਇਹ ਕਰਮ ਭੂਮੀ ਆ, ਹਾਂ, ਸਾਡੇ ਦੋਹਾਂ ਤੇ ਲੱਡੂ ਨੇ, ਹਾਂਜੀ, ਜੇ ਇਹ ਉੱਥੋਂ ਇੱਥੇ ਬਿਜ਼ਨਸ ਆਇਆ ਤਾਂ ਵੀ ਇੱਥੋਂ ਬਿਜ਼ਨਸ ਉੱਥੇ ਗਿਆ ਤਾਂ ਵੀ ਅਸੀਂ ਦੋਨੇ ਪਾਸੇ। ਦੀਪ ਸਾਹਿਬ, ਜਦੋਂ ਸਮਝੌਤੇ ਹੋਰਾਂ ਦੇਸ਼ਾਂ ਨਾਲ ਵੀ ਹੁੰਦੇ ਨੇ, ਕਿਉਂਕਿ ਸਾਡਾ ਇੱਕ ਲਗਾਅ, ਵਿਸ਼ੇਸ਼ ਲਗਾਅ, ਜਦੋਂ ਭਾਰਤ ਨਾਲ ਹੁੰਦੇ ਨੇ ਸਾਨੂੰ ਉਹਦੀ ਵੱਧ ਖੁਸ਼ੀ ਹੁੰਦੀ ਆ, ਪਰ ਕੈਨੇਡਾ ਕਿਸੇ ਵੀ ਦੇਸ਼ ਨਾਲ ਕਰੇ, ਢੀਂਸਾ ਸਾਹਿਬ, ਆਪਾਂ
एक जो क्वेश्चन किया बिल्कुल करैक्ट है कि पहले जो वफद जाते वफद उन्होंने वफदा के ज़्यादा जो अपने मंत्री गए भी सी मंत्री वो सी जे इंडिया तो डायरैक्ट साढ़े थोड़े अर्गे आके इतने इलैक्शन लड़ के मंत्री बन गए उन्होंने सब तो बहुत जोर लगा हों कि मैं पिंड जावा उ हार पाव शान शौक करा खंड पाठ कराव हाथ मिलाव पर अपॉर्चुनिटी उन्होंने कोई मिलती सी पर उन्होंने कोई प्राप्ति कोई नहीं सी। अच्छा टीचर साहब हूँ आप अखीर तुम की कहना चाहोगे कि जेडे अजे बाबत जोड़े ने उन्होंने होर किस तरीके भेजने चाहिए ने किस तरीके दोस्ती होर बच सकती है। देखो अज जज दुनिया वो दुनिया नहीं रही जी पहला वाली सी अच्छ दुनिया बड़ी लागे आ गई है बड़ी ग्लोबलाइजेशन है एक कंट्री का दूसरे कंट्री उत्ते डायरैक्ट इंपैक्ट आ हम तुम देखो उत्थे को माड़ी घटना वापरती राइट वे इतने खबर आ जाती राइट वे इफेक्ट होना भी शुरू हो जाता हम मिडल ईस्ट में जी गल हुई सारे वर्ल्ड के बच्चे असर हो रहा तो खास तौर पर जो साढ़े इतने है असी पंजाबी कम्यूनिटी साउथ ईस्ट एशियन कम्यूनिटी बड़े अग्रैसिव है बिजनेस के एंड सो वो बड़ी क्लोजली वाच कर रहे हैं सो जे इन का आपस फ्री ट्रेड हो जाता अमरीका इंडिया के नाल आई थिंक दैट गोना बेनीफिट मोर टू अवर कम्यूनिटी। अच्छा कुछ लोग कहते हैं कि हरजीत सिंह सज्जन जी का उत्थे कैप्टन साहब ने स्वागत नहीं किया ये बाबत पंजाब इस करके नहीं गया की कहना थोड़ा ये बारे मेरा ख्याल है वह मंदभागी घटना वापरी है उन्होंने नहीं हूँ ये बाबत जो पंजाब ना जाना क्योंकि बहुते लोग सोच रहे हैं कि पंजाब दे विच भी ये बाबत जाना चाहिए जी क्योंकि जे पंजाब दे विच भी बिजनेस होर खुलणगे तो उहदे नाल पंजाब दे लोग खुशहाल होंगे। पंजाब दे विच बिजनेस ही बहुत लोड़ है जी क्योंकि पंजाब को मेजर कोई इंडस्ट्री नहीं है ही नहीं इंडस्ट्री है पराली का जो रौला पैन दिया एनवायरमेंट का रौला पैन दिया है जे साढ़े को टैक्नोलॉजी हो पराली के नाल शायद कहते एक बिजली भी क्रिएट की जा सकती है बहुत सारे होर रिसर्च ये किए जा सकते हैं ये पंजाब की सरकार जी इनिशिएटिव लवे मेरा ख्याल ज़्यादा बर्डन उन्होंने उत्ते आ जो पिछली दफा वो घटना वापरी है वो बड़ी वधिया नहीं सी। अच्छा दीप साहब बहुत सारे बाबत अगर जाते थे वो जाओ गुरुद्वारा साहब जाए आते हूँ इस बारी जो नवदीप बैंस ने यह गुरुद्वारा साहब बंगला साहब भी गए हैं जामा मस्जिद भी जाके आए ने ते मंदिर दे विच भी जाके आए ने ये बहुत सद्भावना वाली गल है हाँ जी क्योंकि इस वेले सारी दुनिया दे विच इस भावना जिहड़ी असीं अपने धर्म विच विश्वास रखिए दूजे धर्म दा सत्कार करिए बिल्कुल तो ये जिहड़ी ये जो कुछ भी हो करके मंदिर मस्जिद ते गुरुद्वारे पॉजिटिव जगह जाके ये बहुत पॉजिटिव है और दूजी गल मैं ये भी कहना चाहना कि पहले जिहड़े तुसीं वफद आया उन्होंने मोस्टली इंपोर्टेंस ये दी जाती सी कि कित्थे जाके इन्हां नूं किन्ने सरोपे दिते गए है जी लेकिन ऐतकी ये सब कुछ नहीं हो रहा गिला शिकवा है डिफरेंट तरीके करना चाहिए लेकिन जो ये लोग उसे बहुत जरूर है जिम्मे टीसा साहब ने भी कहा तो फायदा उठाना चाहिए क्योंकि मिनिस्टर सारे ने हालांकि ये तो गए सारे हिंदुस्तान के लिए सारे भारत के लिए है जी लेकिन उन्होंने फायदा यदा उठाना चाहिए। सैकेंडली थर्डली मैं कहना चाहिए कि उत्थे जिहड़ियां रेड टेप्स ने वो खत्म होनी चाहिए क्योंकि जिन्हें भी लोग इतों जाते हैं ना वो डिसकरेज हो जाते हैं जिन्हिया भी कंपनियां जा रही क्योंकि इट्स ए बिजनेस है जी जे तुहानूं ये पता हो कि मेरा उत्थे ये गल बन नहीं सकनी फिर तुसीं उत्साह नहीं होंगे हिंदुस्तान भी भारत में भी इस गल की लोड़ है सारे इस मुल्क में भी लोड़ है जी। टीसा साहब अखीर दे विच की कहना चाहुंदे तुसीं इस मिशन दे बारे? मैं तो यही कहना चाहूँगा जी कि जिहड़ा इंडिया इंडिया दे विच दीपक साहब ने बिल्कुल राइट किया कि उत्थे रैड टेप कली रैड टेप नहीं उत्थे करप्शन बहुत है जी इट्स ए फैक्ट नोन है करप्शन थले तो उपर उपर तो थले तो उपर तक जे ये जो काबू पा के हिंदुस्तान की सरकार जी इतने कंपनियां जानियां उत्थे ट्रेड कर जानियां जे ये उन्हों क्लीन कर लैन तो आई थिंक इट्स ए बिगेस्ट प्राप्ति होएगी जी। दीप साहब तुसीं अखीर च की कहना चाहुंदे? अखीर च मैं उही जिहड़ी गल एक बड़ी इंपोर्टेंट है सारे भारत लई तां असीं मंगदे ही हां जी बट एट द सेम टाइम क्योंकि असीं पंजाब तो पिछों आए हैं तो पंजाब के नाल जिहड़ा वफद उत्थे ना जाना उहदा मैं बड़ा इहो जिही फील हो रहा है कि इहनां नूं जाना चाहिए सी ना सिर्फ गुरुद्वारे दे विच मत्था टेकण लई है जी केवल इन्ना है कि उत्थे कुछ समझौते होने चाहिए सी तो मेरा ख्याल है कि जिहड़ी साडी उत्थे दी इस वेली मौजूदा सरकार है उन्होंने इनिशिएटिव लेना चाहिए सी जो कुछ पहला हो गया चलो ठीक है हाँ वो पॉलिटिक्स तो छोटिया नीति ग्रीटी गल्लां ने
लेकिन यदा फायदा जरूर चाहिए। थोड़े कहना पा पंजाब नू लोड़ है कनेडा दी जेडे बहुत सारे जेडे जिस तरह आपां उत्ते गल कर रहे हैं कि हवा पानी जेडा सारा कुछ खराब है और साडी इत्थे कम्युनिटी बैठी आ जेडे उत्थे जाके बिजनेस लाउणा चाहुंदे आ। जदों तुसीं इदां गल करो भी जेडा इत्थों वापस जावे उहनूं पंजाब ना सदो ते जेडी साडी इत्थे बिजनेस कम्युनिटी है जी। दीप साहब ढींसा साहब तुम समा कट के साथ स्टूडियो आए थोड़ा बहुत बहुत धन्यवाद जी। जी यी अज की गलबात व्यापार कमीशन दे सारी जिहड़े वफद दे मैंबर ने वो वापस कनेडा मुड़ आए ने किस तरीके उन्हां दा रहा एक्सपीरियंस उत्थे इहदे बारे असी कोशिश करांगे आने वाले दिनों के असी वफद दे मैंबरां नाल खास करके सर नवदीप सिंह बैंस जी दे नाल कि किस तरीके दे नाल वो कितना सफर रहे ते आने वाले प्रोग्राम दे विच असी किसी होर मेहमान दे नाल अगले दिनों दे विच फिर हाजर होवांगे। अज दा प्रोग्राम देखने लई तुहाडा सारिआं दा बहुत बहुत धन्यवाद।